ਅਸੀਂ ਗੱਲ ਕਰੀਏ ਪੰਜਾਬ ਵਿਚ ਸਾਡੇ ਸਮਾਜਿਕ ਹੱਕਾਂ ਦੀ, ਅਸੀਂ ਗੱਲ ਕਰੀਏ ਪੰਜਾਬ ਦੇ ਵਿਚ ਆਪਣੇ ਧਾਰਮਿਕ ਹੱਕਾਂ ਦੀ, ਆਪਣੀ ਗੱਲ ਕਰੀਏ ਅਸੀਂ ਲੋਕ ਕਿੱਥੇ ਖੜੇ ਆ। ਸਾਡੇ ਲੋਕਾਂ ਦੀਆਂ ਲਾਸ਼ਾਂ ਪਛਾਣਤੀਆਂ ਜਾਂਦੀਆਂ ਨੇ, ਪਰ ਰਾਜਨੀਤਿਕ ਦਲ ਦੇ ਲੋਕ ਜਾਂ ਮੁੱਖ ਮੰਤਰੀ ਹੋਏ ਚਾਹੇ ਬੀਜੇਪੀ ਦਾ ਕੌਣ, ਸਾਡਾ ਸੰਗਿਆਨ ਨਹੀਂ ਲੈਂਦੇ। ਕਿਉਂ ਨਹੀਂ ਲੈਂਦੇ? ਕਿਉਂਕਿ ਅਸੀਂ ਲੋਕ ਇੱਕ ਨਹੀਂ ਹੁੰਦੇ। ਕਿਉਂ ਨਹੀਂ ਹੁੰਦੇ? ਅਸੀਂ ਲੋਕ ਇੱਕ ਨਹੀਂ ਹੁੰਦੇ। ਇੱਕ ਹੋ ਕੇ ਅਸੀਂ ਆਪਣੀ ਗੱਲ ਨਹੀਂ ਕਰਦੇ, ਇੱਕ ਹੋ ਕੇ ਆਪਣੇ ਪੱਖ ਦੀ ਗੱਲ ਨਹੀਂ ਕਰਦੇ, ਇੱਕ ਹੋ ਕੇ ਅਸੀਂ ਪੰਜਾਬੀ ਹਿੰਦੂ ਦੀ ਗੱਲ ਨਹੀਂ ਕਰਦੇ। ਅੱਜ ਮੌਕਾ ਆਇਆ, ਅੱਜ ਸਾਰਿਆਂ ਦਿਲ ਕਰਦਾ ਵੀ ਸਾਰਾ ਹਿੰਦੂ ਸੰਗਠਨ ਇਕੱਠਾ ਹੋਵੇ। ਹਰ ਹਿੰਦੂ ਸਮਾਜ ਦੇ ਦਿਲ ਚ ਨਫ਼ਰਤ ਹੈ ਵੀ ਜੋ ਗੋਰੇ ਥਾਪਰ ਨਾ ਹੋਇਆ, ਜੋ ਸੰਦੀਪ ਥਾਪਰ ਨਾ ਹੋਇਆ।